ਮੋਬਾਈਲ ਦੇ ਸ਼ੋਰੂਮ ਤੇ ਅਣਪਛਾਤਿਆਂ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਬਾਈਕ ਤੇ ਸਵਾਰ ਹੋ ਕੇ ਦੋ ਹਮਲਾਵਰ ਮੋਬਾਈਲ ਦੇ ਸ਼ੋਰੂਮ ਦੇ ਬਾਹਰ ਆਉਂਦੇ ਨੇ ਅਤੇ ਫਿਰ ਮੌਕਾ ਦੇਖਦਿਆਂ ਹੀ ਉਹਨਾਂ ਦੇ ਵੱਲੋਂ ਸ਼ੋਰੂਮ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਮੋਬਾਈਲ ਸ਼ੋਰੂਮ ਤੇ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਇਸ ਸੰਬੰਧੀ ਜਦ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕਰਦੇ ਹੋਏ ਆਸੇ ਪਾਸੇ ਦੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਗਈਆਂ, ਉਸ ਵਿੱਚ ਸਾਫ਼ ਦੇਖਿਆ ਗਿਆ ਕਿ ਜੋ ਦੋ ਹਮਲਾਵਰ ਸੀ ਉਹ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਫਿਰ ਮੌਕਾ ਦੇਖਦਿਆਂ ਹੀ ਉਹਨਾਂ ਦੇ ਵੱਲੋਂ ਦੁਕਾਨ 'ਤੇ ਆਪਣਾ ਨਿਸ਼ਾਨਾ ਸਾਧਿਆ ਜਾਂਦਾ ਅਤੇ 32 ਬੋਰ ਦੇ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਸਵੀਰਾਂ ਜੋ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਹਮਲਾਵਰ ਨੇ ਔਰ ਜਿਵੇਂ ਹੀ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਉਹ ਨਾਲ ਲੱਗਦੇ ਬਾਜ਼ਾਰ 'ਚੋਂ ਭੱਜਦੇ ਹੋਏ ਵਿਖਾਈ ਦਿੰਦੇ ਨੇ। ਹਾਲਾਂਕਿ ਕਿਸ ਕਾਰਨ ਕਰਕੇ ਗੋਲੀਆਂ ਚੱਲੀਆਂ ਨੇ ਇਹ ਹਜੇ ਫਿਲਹਾਲ ਜਾਂਚ ਦਾ ਵਿਸ਼ਾ ਹੀ ਦੱਸਿਆ ਜਾ ਰਿਹਾ ਕਿ ਕੋਈ ਰੰਜਿਸ਼ ਸੀ ਜਾਂ ਕੋਈ ਵੱਡਾ ਕਾਰਨ ਸੀ, ਪਰ ਫਿਲਹਾਲ ਇਹ ਸਭ ਚੀਜ਼ਾਂ ਜਾਂਚ ਦਾ ਵਿਸ਼ਾ ਦੱਸਿਆ ਜਾ ਰਹੀ ਹੈ। ਬਟ ਵੱਡੀ ਖਬਰ ਇਹ ਹੈ ਕਿ ਕਪੂਰਥਲਾ ਦੇ ਵਿੱਚ DC ਦੇ ਰਿਹਾਇਸ਼ ਦੇ ਠੀਕ ਨੇੜੇ ਹੀ ਬਣੇ ਮੋਬਾਈਲ ਸ਼ੋਰੂਮ 'ਚ ਤਾਬੜਤੋੜ ਗੋਲੀਆਂ ਚੱਲੀਆਂ ਨੇ ਔਰ ਪੁਲਿਸ ਨਾਕੇ ਤੋਂ ਠੀਕ 500 ਮੀਟਰ ਦੀ ਦੂਰੀ 'ਤੇ ਇਹ ਮੋਬਾਈਲਾਂ ਦਾ ਸ਼ੋਰੂਮ ਬਣਿਆ ਹੋਇਆ। ਤਾਂ ਕਹਿ ਸਕਦੇ ਹਾਂ ਕਿ ਪੁਲਿਸ ਦੀ ਨੱਕ ਦੇ ਹੇਠ 15 ਰਾਊਂਡ ਜੋ ਫਾਇਰ ਹੈ ਉਹ ਕੀਤੇ ਗਏ ਨੇ ਔਰ ਹਮਲਾਵਰ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਆਸੇ ਪਾਸੇ ਦੀਆਂ ਸਾਰੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਬਣਦੀ ਕਾਰਵਾਈ ਜਲਦ ਤੋਂ ਜਲਦ ਯਕੀਨੀ ਬਣਾਈ ਜਾਵੇ। ਔਰ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਮੋਬਾਈਲ ਸ਼ੋਰੂਮ ਦਾ ਮੇਨ ਗੇਟ ਹੈ ਜਿਸ 'ਤੇ ਕਿ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ 'ਤੇ ਵਿਖਾਈ ਦੇ ਰਹੇ ਨੇ ਅਤੇ ਨਾਲ ਹੀ ਜੋ ਬਾਹਰ ਸ਼ੀਸ਼ੇ ਦਾ ਇੱਕ ਗੇਟ ਬਣਿਆ ਹੋਇਆ ਸੀ ਜੋ ਕਿ ਗੋਲੀ ਲੱਗਣ ਦੇ ਕਾਰਨ ਚੱਕਣਾ ਚੂਰ ਵੀ ਹੋ ਗਿਆ। ਪੁਲਿਸ ਦੇ ਮੁਤਾਬਿਕ 14 ਤੋਂ 15 ਰਾਊਂਡ ਜੋ ਫਾਇਰ ਹੈ ਉਹ ਕੀਤੇ ਗਏ ਨੇ ਔਰ ਹਮਲਾਵਰਾਂ ਦੇ ਵੱਲੋਂ ਇੱਕ ਚਿੱਠੀ ਵੀ ਜੋ ਹੈ ਉਹ ਸੌਂਪੀ ਗਈ ਹੈ ਜਿਸ ਵਿੱਚ ਇੱਕ ਸ਼ਖਸ ਦਾ ਨਾਮ ਹੈ। ਫਿਲਹਾਲ ਉਹ ਵੀ ਹਜੇ ਪੁਲਿਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਹੈ, ਪਰ ਵੱਡੀ ਖਬਰ ਇਹ ਹੈ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਜੋ ਹਮਲਾਵਰ ਨੇ ਉਹ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਆਸੇ ਪਾਸੇ ਦੇ ਜੇ ਇਲਾਕੇ ਦੀ ਗੱਲ ਕਰੀਏ ਤਾਂ ਕਾਫ਼ੀ ਚਹਿਲ ਪਹਿਲ ਵਿਖਾਈ ਦੇ ਰਹੀ ਹੈ ਅਤੇ ਇਹ ਸਵੇਰ ਦੀ ਇਹ ਘਟਨਾ ਜਿੱਥੇ ਕਿ ਦੋ ਹਮਲਾਵਰ ਸਪਲੈਂਡਰ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ, ਫਿਰ ਬਾਈਕ ਤੋਂ ਉਤਰਦਿਆਂ ਹੀ ਆਪਣਾ ਹਥਿਆਰ ਕੱਢ ਕੇ ਉਹ ਮੋਬਾਈਲ ਦੇ ਸ਼ੋਰੂਮ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਅਤੇ ਫਿਰ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਅਤੇ ਹੁਣ CCTV ਤਸਵੀਰਾਂ ਦੇ ਵਿੱਚ ਦੋਵੇਂ ਹਮਲਾਵਰ ਜੋ ਨੇ ਉਹ ਕੈਦ ਹੋਏ ਨੇ ਜੋ ਕਿ ਇੱਕ ਹਮਲੇ ਦੀ ਕਹਿ ਸਕਦੇ ਤਾੜ ਦੇ ਵਿੱਚ ਉੱਥੇ ਪਹੁੰਚੇ ਸੀ ਅਤੇ ਉਹਨਾਂ ਦੇ ਵੱਲੋਂ ਜਦ ਬਾਹਰ। ਮੈਂ ਭਾਜੀ, ਮੇਰਾ ਨਾਮ ਗਗਨਦੀਪ ਹੈ, ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ। ਅੱਜ ਸਵੇਰੇ ਮਾਰਨਿੰਗ ਡੇਲੀ ਰੂਟੀਨ ਦੀ ਤਰ੍ਹਾਂ 9:30 ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੀਅਰ ਅਬਾਊਟ 10 ਵਜੇ ਦੇ ਕਰੀਬ, 9:45 ਦੇ ਕਰੀਬ ਸੀਗੇ ਜੀ, ਦੋ ਅਣਜਾਣ ਵਿਅਕਤੀ ਸੀਗੇ ਜਿਹਨਾਂ ਦੇ ਰੁਮਾਲ ਬੰਨੇ ਹੋਏ ਸੀ ਕੇਸ 'ਤੇ ਔਰ ਬਾਹਰ ਸ਼ੋਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ ਔਰ ਜਿਹ 'ਚ ਇੱਕ ਫਾਇਰਿੰਗ ਅੰਦਰ ਵੀ ਆਈ ਹੈ। ਅਤੇ ਹਜੇ ਤੱਕ ਨਾਲ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜ੍ਹੇ ਭੱਜੇ ਹਾਂ ਮੁੰਡੇ, ਪਰ ਉਹ ਨਿਕਲ ਗਏ ਉਹ, ਅਤੇ ਬਾਕੀ ਸਭ ਠੀਕ ਹੈਗਾ, ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸ਼ੀਸ਼ੇ ਵਗੈਰਾ ਸਾਰੇ ਬ੍ਰੇਕ ਹੋਏ ਆ, ਤੁਸੀਂ ਦੇਖ ਹੀ ਸਕਦੇ ਹੋ ਇੱਥੇ। ਹਾਂਜੀ, ਮੋਟਰਸਾਈਕਲ ਸਪਲੈਂਡਰ 'ਤੇ ਜੀ। ਹਾਂਜੀ ਹਾਂਜੀ, ਉਹ ਸਰ ਪਰਚੀ ਵਗੈਰਾ ਸੁੱਟ ਕੇ ਗਏ ਆ ਕਿਉਂਕਿ ਸਾਨੂੰ ਤਾਂ ਅਫਰਾ ਤਫਰੀ ਬਹੁਤ ਪੈ ਗਈ, ਅਸੀਂ ਉੱਧਰ ਉੱਧਰ ਭੱਜੇ ਤੇ ਆਉਣ ਦੇ ਮੌਕੇ ਜਿੱਦਾਂ ਹੀ ਪੁਲਿਸ ਆਈ ਹੈ ਤੇ ਉਹਨਾਂ ਨੇ ਬਰਾਮਦ ਕਰ ਲਈ ਉਹ ਪਰਚੀ। ਨਹੀਂ ਸਰ, ਕਦੀ ਅੱਜ ਤੱਕ ਕੋਈ ਇੱਦਾਂ ਦੀ ਕਾਲ ਨਹੀਂ ਆਈ, ਕਦੀ ਇੱਦਾਂ ਦਾ ਕੁਛ ਹੋਇਆ ਨਹੀਂ, ਤੇ ਪਰ ਪਤਾ ਨਹੀਂ ਲੱਗਾ ਕਿ ਕੌਣ ਸੀਗੇ। ਹਾਂਜੀ, ਨਾ 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 ਸਰ, ਓਨਰ ਬਾਰੇ ਤੁਸੀਂ ਜਾਣਦੇ ਹੀ ਹੋ, ਨਿਹਾਇਤ ਹੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਆ ਉਹ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਿੱਕ ਦਾ ਔਰ ਸਾਰੀ ਫੈਮਿਲੀ ਦਾ ਉਹਨਾਂ ਦਾ,
ਤੇ ਇਦਾਂ ਦਾ ਅੱਜ ਤੱਕ ਨਾ ਕਦੀ ਕਾਲ ਆਈ ਆ ਨਾ ਹੀ ਕਦੀ ਕਿਸੇ ਨੇ ਕੋਈ, ਮੈਨੂੰ ਵੀ 8 ਸਾਲ ਹੋ ਗਏ ਜੀ ਇੱਥੇ, ਕਦੀ ਕੋਈ ਕਾਲ ਕਦੀ ਕੋਈ ਕੁਛ ਨਹੀਂ ਆਇਆ। ਹਾਂ ਸਰ ਕਰ ਰਹੇ ਆ ਪੁਲਿਸ ਵਾਲੇ, ਹਰ ਚੌਂਕ ਚ ਹਰ ਗਲੀ ਚ ਕੈਮਰੇ ਚੈੱਕ ਕਰ ਰਹੇ ਆ, ਸਪਲੈਂਡਰ ਵਗੈਰਾ ਤੇ ਸੀਗੇ ਉਹ ਦੇਖੋ ਹੁਣ ਉਹ ਚ ਸਾਰਾ ਕੁਛ ਹੋਏਗਾ। ਸਰ ਇਹ ਤੇ ਕੁਛ ਕਹਿ ਨੀ ਸਕਦੇ ਕਿਸ ਤਰ੍ਹਾਂ ਦੀ ਫਾਇਰਿੰਗ ਹੈ, ਕਿਉਂਕਿ ਅਸੀਂ ਕਦੀ ਨਾ ਅਸੀਂ ਆਪਣੇ ਸਟੋਰ ਤੋਂ ਬਾਹਰ ਹੀ ਨਹੀਂ ਜਾਈਦਾ ਕਦੀ, ਸਾਡੀ ਲਾਈਫ ਹੀ ਸਟੋਰ ਤੱਕ ਹੈ, ਔਰ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦੇ ਬਾਰੇ ਸਾਨੂੰ ਕਦੀ ਨੌਲੇਜ ਹੀ ਨਹੀਂ ਹੈ। ਇਹ ਸਰ ਮੈਂ ਵੀ, ਕਿਉਂਕਿ ਦੇਖੋ ਜਦੋਂ ਇਹ ਚੀਜ਼ ਹੋਈ ਆ ਟੋਟਲੀ ਬਲੈਂਕ ਅਸੀਂ ਸਾਰੇ ਜਣੇ, ਪਰ ਇਹ ਪੁਲਿਸ ਵਾਲਿਆਂ ਨੇ ਉਹ ਕੋਲ ਹੈਗੀ ਆ, ਉਹ ਤੁਹਾਨੂੰ ਸਾਰਾ ਬਾਕੀ ਉਹ ਦੱਸ ਪਾਣਗੇ। ਹਾਂਜੀ ਉਹਨਾਂ ਨੂੰ, ਕਿਉਂਕਿ ਸਾਨੂੰ ਉਹਨਾਂ ਨੇ ਹਜੇ ਤੱਕ ਦੱਸਿਆ ਨੀ, ਉਹਨਾਂ ਦੇ ਕੋਲ ਹੀ ਆ ਸਰ, ਕਿਉਂਕਿ ਅਸੀਂ ਉਹਦੇ ਲੱਗੇ ਹੋਏ ਆ ਕਿ ਇਹ ਚੀਜ਼ ਕਿੱਦਾਂ ਹੋਈ ਆ, ਕਿੱਥੋਂ ਆਏ, ਕਿੱਥੋਂ ਗਏ ਆ, ਤੇ ਇਹ ਸਾਰਿਆਂ ਨੇ ਆਪਣਾ ਆਪਣਾ ਦੇਖਿਆ।